हाँ जी, सारे नू सत श्री अकाल जी। स्वागत है थोड़ा अपने चैनल पर, एक नवे ब्लॉग च। इस वक्त आप हैगे नगरकोट विच, जिवें तुसीं पिछले ब्लॉग देखे ने, ते आ अपना कमरा सी, इत्थे आपां रहे सीगे, एक रात रहे सी, ते एक दिन दा ही सी इधर दा अपना प्रोग्राम नगरकोट दा। सो आपां इत्थों हुण चलण लगदे हाँ, बाकी नीचे चलते हैं, चैकआउट करते हैं, कुछ खाने पीने हैं, ब्रेकफास्ट करते हैं, ते आपां इत्थों निकलना पोखरा लई। सो पोखरा भी बहुत सोहनी जगह, देखण योग जगह, ते आ व्यू नू काफ़ी मिस करांगे। काफ़ी सोहना व्यू सी देखो, ते वधिया एक दिन वधिया लंघे अपना बहुत। सो चलते हैं नीचे, बाकी आ व्यू नू भी बहुत मिस करांगे, काफ़ी सोहना व्यू सी, ते एक दिन डेढ़ दिन जिहड़ा आपां इत्थे लाया बहुत वधिया लंघिया। आ गए आपां नीचे, ते कमरे चों चैकआउट करता, बाकी इधर ऑर्डर किया खाण पीण नू, टोस्ट ते नाल चाह, बाकी मिली है ब्लैक टी। दूजी चाह दुध वाली चाह नहीं मिली, ब्लैक टी मिली है, वो कहिंदे है नहीं साडे कोल, ते चलो नाले ब्लैक टी दा लैने आ स्वाद, किवें रहिंदा एक्सपीरियंस। ठीक है, आ गया अपना ब्रेकफास्ट, आ करे सी आपां दो टोस्ट ऑर्डर, ते नाल हैगी ब्लैक टी काली चाह, ब्लैक टी है बिना दुध तो, ते बाकी आ इन्हां दे उपर थोड़ा जिहा लग्गिया होया घिओ। सो करदे आ इंजॉय, करदे आ ट्राई, नाले पीने आ ब्लैक टी अज। देखण टाइम पड़ा है बस, नहीं बस मतलब 45 मिनट अभी। अच्छा, है। हाँ जी, 45 मिनट। जहाँ पर बस लग जाती है आकर, जहाँ अभी आ गई होगी। लगता है 45 मिनट। अच्छा, ओके ओके, ठीक है। तो आप लगे जाने तो होटल चो, बाकी आ भाई जी को रहे सी। चलो ठीक है, बाय, ओके, थैंक यू। हाँ जी हाँ जी, तो लगे आप होटल चो निकलना, ते आ गए बाहर, बाकी इतों जिथे हम आप बस ने उतारिया सी ना आके इधरों आ साइड तो, ते इतों ही आपां नूं बस मिल जूगी, ते चलते हाँ। ते बदल होए हुए ने, मौसम ठंडा, गर्मी नहीं हैगी, सोहना मौसम आ। सो पहुँचते हाँ बस स्टॉप जाके, ते आ होटल सी अपना जी च रुके हुए सी, इधर काफ़ी वधिया सी यार सुभा सारिया का, ते वधिया सी बाई भी आ होटल वाले। चलो चलते हाँ बस स्टैंड पहुँचते हाँ। ਅਤੇ ਆ ਖੜੀ ਆਪਣੀ ਬੱਸ, ਤੁਰੇ ਰਹੀ ਸੀ ਬੱਸ, ਬਾਕੀ ਚੱਲਦੇ ਹਾਂ ਭੱਜ ਕੇ ਦੌੜ ਕੇ। ਵਧੀਆ ਟਾਈਮ ਸਰ ਮਿਲ ਗਈ, ਨਹੀਂ ਲੇਟ ਹੋ ਜਾਣਾ ਸੀ ਹੋਰ 1 ਘੰਟਾ। ਆਪਣੀ ਬੱਸ ਚੱਲ ਪਈ ਜੇ, ਬਿਲਕੁਲ ਟਾਈਮ 'ਤੇ ਆਏ ਹਾਂ, ਅਤੇ ਤੁਰੇ ਰਹੀ ਸੀ ਬੱਸ, ਨਹੀਂ ਫਿਰ ਮਤਲਬ 1 ਘੰਟਾ ਹੋਰ ਲੇਟ ਹੋ ਜਾਂਦੇ ਆਪਾਂ, 1 ਘੰਟਾ ਲੇਟ ਹੋ ਜਾਣਾ ਸੀ। ਬਾਕੀ ਇਹ ਬੱਸ ਆਪਾਂ ਨੂੰ ਸਿੱਧੀ ਮਿਲ ਗਈ ਬਖਤਾਪੁਰ ਤੱਕ, ਬਖਤਾਪੁਰ ਉਤਰਦੇ ਹਾਂ, ਫਿਰ ਉੱਥੋਂ ਪੁੱਛਾਂਗੇ ਆਪਾਂ ਅੱਗੇ ਦਾ ਕੀ ਪ੍ਰੋਗਰਾਮ ਬਣਦਾ ਪੋਖਰਾ ਦਾ, ਵੀ ਬਖਤਾਪੁਰ ਤੋਂ ਪੋਖਰਾ ਦੀ ਮਿਲਦੀ ਆ ਜਾਂ ਦੁਬਾਰੇ ਕਾਠਮੰਡੂ ਜਾਣਾ ਪਊ, ਉੱਥੇ ਜਾ ਕੇ ਜਾਣਕਾਰੀ ਲੈਂਦੇ ਆਪਾਂ। ਆਪਾਂ ਪਹੁੰਚ ਗਏ ਬਖਤਾਪੁਰ, ਅਤੇ ਉੱਧਰ ਪਿੱਛੇ ਉਤਾਰਿਆ ਸੀ ਬੱਸ ਨੇ, ਬਾਕੀ ਇੱਥੋਂ ਹੁਣ ਪਤਾ ਕਰਦੇ ਹਾਂ ਅਗਲੀ ਬੱਸ ਦਾ। ਅਤੇ ਮੌਸਮ ਕਾਫੀ ਮੀਂਹ ਵਾਲਾ ਹੋਇਆ ਪਿਆ, ਬੱਦਲ ਹੋਏ ਪਏ ਨੇ ਪੂਰੇ, ਸੂਰਜ ਤਾਂ ਮੰਨ ਲਓ ਵੀ ਥੋੜ੍ਹਾ ਹੀ ਦਿਖਿਆ ਸਵੇਰੇ ਸਵੇਰ ਦਾ। ਅਤੇ ਇੱਥੇ ਪੁੱਛਦੇ ਹਾਂ ਬੱਸ ਪੋਖਰਾ ਦੀ, ਵੀ ਪੋਖਰਾ ਨੂੰ ਬੱਸ ਕਿੱਥੋਂ ਮਿਲੂ, ਜਾਣਕਾਰੀ ਲੈਂਦੇ ਇੱਥੇ ਕਿਸੇ ਤੋਂ ਲੋਕਲ ਬੰਦੇ ਤੋਂ। ਪਿੱਛੇ ਉੱਥੇ ਪੁੱਛਿਆ ਸੀਗਾ ਮੈਂ, ਉਹ ਕਹਿੰਦੇ ਵੀ ਪੋਖਰਾ ਨੂੰ ਜਾਣ ਲਈ ਕਾਠਮੰਡੂ ਹੀ ਜਾਣਾ ਪਊ, ਕਾਠਮੰਡੂ ਤੋਂ ਬੱਸ ਮਿਲੂ, ਬਾਕੀ ਉੱਧਰ ਚੌਂਕ 'ਚੋਂ ਬੱਸ ਮਿਲ ਜਾਂਦੀ ਹੁੰਦੀ ਆ ਕਾਠਮੰਡੂ ਵਾਲੀ ਬਖਤਾਪੁਰ ਤੋਂ, ਅਤੇ ਪਹੁੰਚਦੇ ਹਾਂ ਕਾਠਮੰਡੂ, ਫਿਰ ਉਸ ਤੋਂ ਬਾਅਦ ਪੋਖਰਾ ਲਈ ਬੱਸ ਆਪਾਂ ਬੈਠਾਂਗੇ। ਆਹ ਬੱਸ ਜਾਊਗੀ ਨਿਊ ਬੱਸ ਪਾਰਕ ਕਾਠਮੰਡੂ ਤੱਕ, ਫਿਰ ਉੱਥੋਂ ਮਿਲੂਗੀ ਬੱਸ ਆਪਾਂ ਨੂੰ ਅਗਲੀ, ਅਤੇ ਇੱਥੇ ਬਖਤਾਪੁਰ ਖੜ੍ਹੇ ਹਾਂ ਚੌਂਕ 'ਚ, ਅਤੇ ਬਾਈ ਕਹਿੰਦੇ 2-4 ਮਿੰਟ 'ਚ ਤੁਰਨ ਵਾਲੀ ਆ ਬੱਸ, ਬਾਕੀ ਵਿੱਚ ਬਹਿੰਦੇ ਹਾਂ ਜਾ ਕੇ। ਬੱਸ ਚੱਲ ਪਈ ਆਪਣੀ ਬਖਤਾਪੁਰ ਤੋਂ ਕਾਠਮੰਡੂ ਲਈ, ਇਹ ਹੈ ਬਖਤਾਪੁਰ ਸ਼ਹਿਰ, ਤਕਰੀਬਨ 20-25 ਮਿੰਟ ਦਾ ਰਾਸਤਾ, 20-25 ਮਿੰਟ ਲੱਗਣਗੇ ਆਪਾਂ ਨੂੰ, 1/2 ਘੰਟੇ ਮੰਨੋ। ਆਹ
ਘੱਟ 40-45 ਮਿੰਟ ਲੱਗ ਗਏ ਆਪਾਂ ਨੂੰ ਬੱਸ ਸਟੈਂਡ ਤੱਕ ਪਹੁੰਚਣ ਲਈ। ਤੇ ਇੱਧਰ ਹੈਗਾ ਬੱਸ ਸਟੈਂਡ, ਬੱਸ ਸਟੈਂਡ ਦੇ ਅੱਗੇ ਲਾਹਿਆ ਬੱਸ ਨੇ ਤੇ ਮਤਲਬ ਜਾਮ ਇੰਨਾ ਕੁ ਸੀ ਕਿ ਪੁੱਛੋ ਨਾ, ਬਹੁਤ ਜਾਮ ਬਹੁਤ ਲੱਗਦਾ ਉਰੇ ਕਿਉਂਕਿ ਟ੍ਰੈਫਿਕ ਰਹਿੰਦੀ ਆ ਰਾਜਧਾਨੀ ਆ। ਬਾਕੀ ਚੱਲਦੇ ਹਾਂ ਬੱਸ ਪਾਰਕ ਅਤੇ ਉੱਥੋਂ ਲੈਂਦੇ ਹਾਂ ਪੋਖਰਾ ਦੀ ਬੱਸ। ਅਤੇ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀ ਬੱਸ ਪਾਰਕ ਇਹ ਬੱਸ ਸਟੈਂਡ ਨੂੰ ਕਹਿੰਦੇ ਨੇ, ਅਤੇ ਜਿਵੇਂ ਆਪਾਂ ਬੱਸ ਸਟੈਂਡ ਕਹਿੰਦੇ ਹਾਂ ਉਵੇਂ ਬੱਸ ਪਾਰਕ। ਅਤੇ ਕਰਦੇ ਐਂਟਰੀ, ਚੱਲਦੇ ਅੰਦਰ। ਆਪਾਂ ਪਹੁੰਚ ਗਏ ਬੱਸ ਸਟੈਂਡ ਅਤੇ ਇਹ ਹੈ ਬੱਸ ਸਟੈਂਡ, ਇੱਥੋਂ ਕਰਦੇ ਹਾਂ ਪਤਾ ਬੱਸ ਦਾ, ਚੱਲਦੇ ਹਾਂ ਅੱਗੇ। ਪੋਖਰਾ ਦੀ ਬੱਸ ਆਪਾਂ ਪਤਾ ਕਰ ਲਈ, ਇੱਧਰ ਪਿੱਛੇ ਸੀਗਾ ਟਿਕਟ ਕਾਊਂਟਰ। ਪੋਖਰਾ ਨੂੰ ਕਈ ਟਾਈਮ ਨੇ, ਅਲੱਗ ਅਲੱਗ ਟਾਈਮਾਂ ਦੇ ਨਾਲ ਬੱਸਾਂ ਜਾਂਦੀਆਂ ਨੇ, ਅਤੇ ਜਿਹੜੀ ਬੱਸ ਆਪਾਂ ਬੁੱਕ ਕਰਵਾਈ ਹੈ ਉਹ ਜਾਣੀ ਹੈ ਸ਼ਾਮ ਨੂੰ 7:15 ਵਜੇ, ਅਤੇ ਉਹਦਾ 600 ਰੁਪਏ ਟਿਕਟ ਲੱਗੀ ਹੈ, ਆਹ ਟਿਕਟ ਹੈ ਆਪਣੀ, ਅਤੇ 7:15 ਜਾਊਗੀ ਅਤੇ ਸਵੇਰੇ ਪਹੁੰਚਾਊ 5 ਵਜੇ। ਇਹ ਟਾਈਮ ਸਹੀ ਸੀ ਜੇ ਮਤਲਬ ਥੋੜ੍ਹਾ ਜਿਹਾ ਪਹਿਲਾਂ ਚੜ੍ਹਦੇ ਹਾਂ ਫਿਰ ਉਹ ਰਾਤ ਨੂੰ ਪਹੁੰਚਾਊ, ਆਪਾਂ ਰਹਿਣ ਦਾ ਵੀ ਪ੍ਰਬੰਧ ਕਰਨਾ ਉੱਥੇ, ਉਹ ਵੀ ਸਾਰਾ ਹਿਸਾਬ ਕਿਤਾਬ ਦੇਖਣਾ। ਅਤੇ ਇਹ ਟਿਕਟ ਹੈ, ਵੇਟ ਕਰਦੇ ਹਾਂ। ਤਕਰੀਬਨ ਟਾਈਮ 4:30 ਵਜੇ ਦਾ ਹੋਇਆ, ਹਲੇ ਕਾਫੀ ਟਾਈਮ ਪਿਆ, ਕੁਛ ਖਾਣੇ ਪੀਣੇ ਇੱਥੇ। ਬਾਕੀ ਇਹ ਇੱਧਰ ਬੱਸਾਂ ਖੜੀਆਂ ਨੇ ਸਾਰੀਆਂ ਲੱਗੀਆਂ ਹੋਈਆਂ। ਇੱਧਰ ਆਪਾਂ ਆਏ ਹਾਂ ਰੈਸਟੋਰੈਂਟ 'ਚ ਖਾਣ। ਬਾਕੀ ਆਹ ਬਾਈ ਜੀ ਉਹਨਾਂ ਦਾ ਰੈਸਟੋਰੈਂਟ ਆ। ਆਪਾਂ ਉੱਧਰ ਆਪਾਂ ਕਰਵਾਈਆਂ ਨੇ ਪੂਰੀਆਂ ਖਾਣੀਆਂ ਨੇ, ਅਤੇ ਇੱਧਰ ਦਿੰਦੇ ਹਾਂ ਜਾ ਕੇ, ਇੱਥੇ ਦੇਣੀ ਪਊ। ਅਤੇ ਪੂਰੀਆਂ ਛੋਲੇ ਕਰਵਾਏ ਨੇ ਆਪਾਂ। ਬਾਕੀ ਜਿਹੜੇ ਰੈਸਟੋਰੈਂਟ ਆ, ਜਿਵੇਂ ਜਿਹੜੇ ਰੈਸਟੋਰੈਂਟ ਮਠਿਆਈ ਵਾਲੇ ਹੁੰਦੇ ਨੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵਲੌਗ 'ਚ, ਉੱਥੇ ਸਾਰਾ ਵੈਜੀਟੇਰੀਅਨ ਹੁੰਦਾ, ਕੁਛ ਵੀ ਨੋਨ ਵੈਜ ਨਹੀਂ ਹੁੰਦਾ, ਸਾਰਾ ਸਹੀ ਹੁੰਦਾ। ਅਤੇ ਇੱਧਰ ਬੈਠੇ ਹਾਂ, ਆਹ ਪਿਆ ਆਪਣਾ ਬੈਗ, ਆਹ ਰੈਸਟੋਰੈਂਟ ਆ, ਇਹ ਬੱਸ ਦੇ ਸਾਹਮਣੇ ਆ ਬੱਸ ਸਟੈਂਡ ਦੇ। ਸ਼ਾਮ ਦੇ 6:30 ਦਾ ਟਾਈਮ ਹੋ ਗਿਆ, ਆਪਾਂ ਵੇਟ ਕਰ ਰਹੇ ਹਾਂ ਬੱਸ ਦੀ। ਬੱਸ ਨੇ ਜਾਣਾ 7:20 'ਤੇ, ਅਤੇ ਮੌਸਮ ਥੋੜ੍ਹਾ ਜਿਹਾ ਖਰਾਬ ਹੋ ਗਿਆ ਅੱਜ, ਹਨੇਰੀ ਚੱਲ ਰਹੀ ਆ ਬਹੁਤ, ਸਾਹਮਣੇ ਦੇਖੋ ਤੁਹਾਨੂੰ ਬੱਦਲ ਦਿਖਦੇ ਹੋਣਗੇ। ਅਤੇ ਇੱਧਰ ਖੜ੍ਹੀ ਆ ਬੱਸ ਆਪਣੀ, ਆਹ ਜਿਹਦੇ ਲਿਖਿਆ ਹੋਇਆ ਪੋਖਰਾ ਕਾਠਮੰਡੂ, ਅਤੇ ਕਾਫੀ ਹਵਾ ਚੱਲ ਰਹੀ ਆ, ਉਹ ਦੇਖੋ ਸਾਹਮਣੇ ਦਰੱਖਤ ਬਹੁਤ ਹਿੱਲ ਰਹੇ ਨੇ, ਹਨੇਰੀ ਆ ਪੂਰੀ। ਇਹ ਜਿਹੜਾ ਪੋਖਰਾ ਸ਼ਹਿਰ ਆ ਜਿੱਥੇ ਆਪਾਂ ਜਾ ਰਹੇ ਹਾਂ, ਇਹ ਵੀ ਕਾਫੀ ਠੰਡਾ ਹੈ ਅਤੇ ਪਹਾੜੀ ਏਰੀਆ ਸਾਰਾ ਬਿਲਕੁਲ ਹੈ ਜਿੱਥੇ ਆਪਾਂ ਜਾਣਾ। ਅਤੇ ਇੱਥੋਂ ਹੈਗਾ ਤਾਂ ਪੋਖਰਾ 200 ਕਿਲੋਮੀਟਰ ਆ, ਪਰ ਪਹਾੜੀ ਏਰੀਏ ਕਰਕੇ ਬੱਸ 'ਚ ਇੰਨਾ ਟਾਈਮ ਲੱਗ ਜਾਣਾ। ਅਤੇ ਹੁਣ ਤੁਰ ਕੇ ਬੱਸ ਸਵੇਰ ਦੇ 5 ਵਜੇ ਤੱਕ ਆਪਾਂ ਨੂੰ ਪਹੁੰਚਾਊਗੀ, ਉਸ ਕਰਕੇ ਇੰਨਾ ਟਾਈਮ ਲੱਗ ਜਾਂਦਾ। ਆਪਾਂ ਲੱਗੇ ਹਾਂ ਬੱਸ 'ਚ ਬੈਠਣ, ਅਤੇ 7 ਨੰਬਰ ਸੀਟ ਆਪਣੀ। ਇਹ ਹੈ ਬੱਸ ਆਪਣੀ 7 ਨੰਬਰ ਸੀਟ, ਅਤੇ 7 ਨੰਬਰ ਸੀਟ ਆ ਸੀ, ਆਹ ਲਿਖਿਆ ਹੋਇਆ ਨੰਬਰ, ਅਤੇ ਇੱਥੇ ਬਹਿੰਦੇ ਹਾਂ ਸੀਟ 'ਤੇ। ਬੱਸ 'ਚ ਬੈਠ ਗਏ ਆਪਾਂ, ਆ ਕੇ ਬਾਹਰ ਬਹੁਤ ਮੀਂਹ ਪੈ ਰਿਹਾ, ਕਾਫੀ ਤੇਜ਼ ਬਾਰਿਸ਼ ਆ, ਅਤੇ ਇੱਧਰ ਬੈਠ ਗਏ ਆਪਣੀ ਸੀਟ 'ਤੇ ਆ ਕੇ, ਅਤੇ ਵਧੀਆ ਬਾਕੀ ਬੱਸ 'ਚ ਵਧੀਆ, ਲੈਗ ਸਪੇਸ ਵੀ ਵਧੀਆ, ਖੁੱਲ੍ਹੀ ਡੁੱਲੀ ਬੱਸ ਹੈ, ਠੀਕ ਆ। ਬਾਕੀ ਮੀਂਹ ਬਹੁਤ ਪੈ ਰਿਹਾ ਬਾਹਰ, ਆ ਦੇਖੋ ਸ਼ੀਸ਼ਿਆਂ 'ਤੇ ਦੇਖਦਾ ਉਸਨੂੰ ਬਿਜਲੀ ਵੀ ਲਚਕ ਰਹੀ ਆ, ਅੱਧਾ ਘੰਟਾ ਰਹਿੰਦਾ ਬੱਸ ਚੱਲਣ 'ਚ, ਮੀਂਹ ਕਰਕੇ ਬਹਿ ਗਏ ਅੰਦਰ ਆ ਕੇ ਆਪਾਂ। ਪੈ ਰਿਹਾ ਮੀਂਹ ਬਹੁਤ ਤੇਜ਼ੀ ਨਾਲ, ਅਤੇ 1.5 ਘੰਟੇ ਦਾ ਸਫ਼ਰ ਕਰਿਆ, ਹਲੇ ਰਾਹ 'ਚ ਲੱਗ ਗਿਆ ਜਾਮ, ਅਤੇ ਆਹ ਜਾਮ ਲੱਗਿਆ ਹੋਇਆ, ਇੱਥੇ ਬੱਸ ਖੜ੍ਹੀ ਆਪਣੀ ਜਾਮ 'ਚ। ਆਹ ਆਲੇ ਦੁਆਲੇ ਮਾਰਕੀਟ ਹੈ, ਮੀਂਹ ਕਾਫੀ ਤੇਜ਼ ਪੈ ਰਿਹਾ, ਮੌਸਮ ਸੋਹਣਾ ਹੋਇਆ ਪਿਆ, ਠੰਡੀ ਠੰਡੀ ਹਵਾ ਚੱਲਦੀ ਹੈ। ਇੱਥੇ ਰੁਕੀ ਆਪਣੀ ਬੱਸ ਢਾਬੇ 'ਤੇ ਰਾਤ ਦੀ ਰੋਟੀ ਵਾਸਤੇ, ਹੋਰ ਵੀ ਕਾਫੀ ਬੱਸਾਂ ਰੁਕੀਆਂ ਹੋਈਆਂ ਸੀ, ਇਕੱਠ ਬਹੁਤ ਆ ਦੇਖੋ, ਪੂਰਾ ਪੂਰਾ ਢਾਬਾ ਫੁੱਲਾ, ਅਤੇ ਆਪਾਂ ਇੱਥੇ ਰੋਟੀ ਖਾਵਾਂਗੇ, ਔਡਰ ਦੇ ਤਾ। ਇਹ ਜਿਹੜਾ ਏਰੀਆ ਹੁਣ ਸਾਰਾ ਪਹਾੜੀ ਚੱਲ ਰਿਹਾ ਜਿੱਥੇ ਆਪਾਂ ਸਫ਼ਰ ਕਰ ਰਹੇ ਹਾਂ, ਹਨੇਰੇ ਆ, ਹਨੇਰੇ ਕਰਕੇ ਦਿਖਦਾ ਨਹੀਂ ਰਾਤ ਹੋਊਗੀ ਪੂਰੀ, ਅਤੇ ਬਾਹਰ ਹਨੇਰਾ ਪੂਰਾ, ਬਾਕੀ ਸਵੇਰੇ ਦਿਖਾਵਾਂਗੇ। ਅਤੇ ਮੀਂਹ ਹੁਣ ਹਟ ਗਿਆ, ਹੁਣ ਸਹੀ ਆ ਮੌਸਮ, ਰੋਟੀ ਖਾ ਲਈਏ ਉਸ ਤੋਂ ਬਾਅਦ ਬਹਿੰਦੇ ਹਾਂ ਬੱਸ 'ਚ, ਫਿਰ ਅੱਗੇ ਵੱਲ ਦਾ ਸਫ਼ਰ ਸ਼ੁਰੂ ਕਰਾਂਗੇ। ਅਤੇ ਇੱਧਰ ਖਾਣਾ ਆ ਗਿਆ ਆਪਣਾ, ਅਤੇ ਇਹਨੂੰ ਕਹਿੰਦੇ ਨੇ ਪ੍ਰਾਊਨ, ਰੋਟੀ ਵਾਲਾ ਤਾਂ ਇਹ ਜਵਾਬ ਦੇ ਕੇ ਕਹਿੰਦੇ ਰੋਟੀ ਤਾਂ ਨਹੀਂ ਮਿਲਦੀ, ਚਾਵਲ ਨੇ, ਬਾਕੀ ਆਹ ਸਬਜ਼ੀ ਆ, ਦਾਲ ਆ, ਅਤੇ ਆਹ ਇਹਨਾਂ ਦੀ ਕੁਛ ਖਾਣ ਵਾਲੀ ਚੀਜ਼ ਆ ਪ੍ਰਾਊਨ, ਜਿਵੇਂ ਆਪਣੇ ਹੁੰਦਾ ਪਾਪੜ ਵਰਗੀ ਚੀਜ਼ ਹੈ ਪ੍ਰਾਊਨ। ਰਾਤ ਦੇ ਵੱਜ ਗਏ 2, ਅਤੇ ਆਪਣੀ ਬੱਸ ਹੁਣ ਖੜ੍ਹੀ ਆ ਜਾ ਕੇ ਸ਼ਹਿਰ ਮੁਗਲਿੰਗ, ਅਤੇ ਇੱਥੋਂ ਪੋਖਰਾ ਰਹਿ ਗਿਆ 90 ਕਿਲੋਮੀਟਰ,
ਤੇ ਹੁਣ ਇੱਥੇ ਚਾਹ ਪਾਣੀ ਪੀਣ ਲਈ ਰੋਕੀ ਇਹਨਾਂ ਨੇ, ਤਕਰੀਬਨ ਅੱਧਾ ਪੌਣਾ ਘੰਟਾ ਰੋਕਣਗੇ। ਅਤੇ ਮੌਸਮ ਦਾ ਥੋੜ੍ਹਾ ਜਿਹਾ ਫਰਕ ਪੈ ਗਿਆ ਕਾਠਮੰਡੂ ਨੂੰ, ਥੋੜ੍ਹਾ ਜਿਹਾ ਠੰਡਾ ਮੌਸਮ ਆ ਪਤਾ ਲੱਗ ਰਿਹਾ, ਫੀਲ ਹੋ ਰਿਹਾ। ਅਤੇ ਇੱਥੇ ਕਾਫੀ ਹੋਟਲ ਨੇ, ਦੋ ਤਿੰਨ ਹੋਟਲ ਇੱਧਰ ਨੇ, ਅਤੇ ਹੋਰ ਵੀ ਆ ਪਿੱਛੇ ਬੱਸਾਂ ਖੜ੍ਹੀਆਂ ਨੇ। ਅਤੇ ਚੱਲਦੇ ਹਾਂ, ਦੇਖਦੇ ਹਾਂ ਕੁਛ ਖਾਂਦੇ ਪੀਂਦੇ ਹਾਂ, ਥੋੜ੍ਹਾ ਮੋਟਾ ਪੀ ਲਾਂਗੇ, ਨਹੀਂ ਚਾਹ ਪੀ ਲਾਂਗੇ। ਇਹ ਹੈ ਸ਼ਹਿਰ ਮੁਗਲਿੰਗ ਜਿੱਥੇ ਆਪਣੀ ਬੱਸ ਖੜ੍ਹੀ ਹੈ। ਇਹ ਆਲੇ ਦੁਆਲੇ ਮੁਗਲਿੰਗ ਸ਼ਹਿਰ ਦੀਆਂ ਦੁਕਾਨਾਂ ਨੇ, ਜਾਂ ਹੋਰ ਵੀ ਬੱਸਾਂ ਖੜ੍ਹੀਆਂ ਨੇ। ਆਪਣੀ ਬੱਸ ਆਹ ਖੜ੍ਹੀ ਹੈ ਇੱਧਰ ਚਿੱਟੇ ਰੰਗ ਵਾਲੀ, ਬਾਕੀ ਆਹ ਹੈਗਾ ਸਾਹਮਣੇ ਚੌਂਕ ਮੁਗਲਿੰਗ ਸ਼ਹਿਰ ਦਾ, ਕਾਫੀ ਚੱਲਦਾ ਰੋਡ ਹੈ, ਬਹੁਤ ਟਰੱਕ ਗੱਡੀਆਂ ਬੱਸਾਂ ਬਹੁਤ ਜਾਂਦੀਆਂ ਨੇ। ਚਾਹ ਪੀ ਕੇ ਆਪਾਂ ਆ ਗਏ, ਅਤੇ 10-15 ਕੁ ਮਿੰਟ ਬੈਠੇ ਉੱਥੇ ਹੋਟਲ 'ਚ, ਫਿਰ ਬਾਹਰ ਆ ਗਏ। ਬਾਕੀ ਜਿਹੜੇ ਮਤਲਬ ਇੱਥੇ ਦੇ ਲੋਕਲ ਨੇ, ਉਹ ਜ਼ਿਆਦਾ ਬਿਨਾਂ ਦੁੱਧ ਤੋਂ ਚਾਹ ਪੀਂਦੇ ਨੇ, ਅਤੇ ਹੋਟਲ ਵਾਲੇ ਪੁੱਛਦੇ ਨੇ ਹਰੇਕ ਨੂੰ ਜਾ ਕੇ ਵੀ ਬਲੈਕ ਟੀ ਜਾਂ, ਮਤਲਬ ਆਪਾਂ ਦੁੱਧ ਵਾਲੀ ਪੀਤੀ ਸੀ ਜ਼ਿਆਦਾ, ਮਤਲਬ ਜਿਹੜੇ ਉਰੇ ਲੋਕਲ ਰਹਿਣ ਵਾਲੇ ਨੇ, ਬਲੈਕ ਟੀ ਵੱਧ ਚੱਲਦੀ ਆ ਉਰੇ। ਸੋ ਹੁਣ ਬੱਸ ਚੱਲੂਗੀ ਆਪਣੀ ਅੱਧਾ ਕੁ ਘੰਟੇ ਤੱਕ, ਫਿਰ ਸਿੱਧਾ ਪੋਖਰੇ ਰੁਕੂ ਜਾ ਕੇ, ਫਿਰ ਪੋਖਰਾ ਦਿਖਾਵਾਂਗੇ ਸ਼ਹਿਰ। ਆਪਾਂ ਪੋਖਰਾ ਪਹੁੰਚ ਗਏ, ਅਤੇ ਟਾਈਮ ਹੋ ਗਿਆ 6:30 ਦਾ ਸਵੇਰ ਦਾ। ਅਤੇ ਹੁਣ ਇੱਥੋਂ ਸਿਟੀ ਬੱਸ ਲਵਾਂਗੇ, ਇੱਥੇ ਲੇਕ ਸਾਈਡ 'ਤੇ ਜਾਵਾਂਗੇ, ਉਹਦੇ ਕੋਲ ਮਤਲਬ ਹੋਟਲ ਵਗੈਰਾ ਨੇ। ਬਾਕੀ ਆਹ ਬਾਈ ਜੀ ਆਪਾਂ ਨੂੰ ਦੱਸਣਗੇ ਇੱਥੋਂ ਦੀ ਨੇ। ਪ੍ਰਿਥਵੀ ਚੌਂਕ ਪ੍ਰਿਥਵੀ ਚੌਂਕ ਆ ਜੇ ਹੁਣ ਆਪਾਂ ਪ੍ਰਿਥਵੀ ਚੌਂਕ 'ਚ ਹਾਂ, ਮੈਂ ਆਪਕੋ ਸਿਟੀ ਬੱਸ ਮੈਂ ਪਹੁੰਚਾਉਂਗਾ। ਓਕੇ ਜੀ, ਓਕੇ ਆ ਬਾਈ ਦੱਸਣਗੇ ਇੱਥੋਂ ਸਿਟੀ ਬੱਸ ਵੀ ਕਿਹੜੀ ਜਾਣੀ ਉੱਥੇ ਤੱਕ। ਉੱਥੇ ਕਾਫੀ ਹੋਟਲ ਵਗੈਰਾ ਨੇ, ਸਾਰੇ ਟੂਰਿਸਟ ਉੱਥੇ ਹੀ ਰੁਕਦੇ ਨੇ। ਬਾਕੀ ਦੇਖਦੇ ਹਾਂ, ਹੁਣ ਕਾਫੀ ਥੱਕ ਗਏ ਯਾਰ, ਬੱਸ 'ਚ ਸਾਰੀ ਰਾਤ ਸਫ਼ਰ ਕੀਤਾ, ਬਹੁਤ ਥੱਕ ਗਏ। ਆਪਾਂ ਬੱਸ ਬੈਠ ਕੇ ਉਸ ਤੋਂ ਬਾਅਦ ਪਹੁੰਚ ਗਏ ਹੋਸਟਲ, ਅਤੇ ਆਹ ਆਪਾਂ ਹੋਸਟਲ ਲਿਆ, ਕਾਫੀ ਸੋਹਣਾ, ਮਤਲਬ ਲੋਕੇਸ਼ਨ ਬਾਹਰ ਵੀ ਬਹੁਤ ਸੋਹਣੀ ਆ। ਅਤੇ ਆਹ ਆਪਣਾ ਬੈੱਡ ਹੈ, ਅਤੇ ਇੱਥੇ ਬੈੱਡ ਮਿਲਿਆ ਆਪਾਂ ਨੂੰ, ਇਹ ਪਿਆ ਆਪਾਂ ਨੂੰ ਨੇਪਾਲੀ 450 ਰੁਪਈਆਂ 'ਚ ਇੱਕ ਦਿਨ ਵਾਸਤੇ। ਅਤੇ ਆਪਾਂ ਪੋਖਰਾ 'ਚ ਰਹਿਣਾ 2 ਦਿਨ, ਇੱਥੇ 2 ਦਿਨ ਦਾ ਟੂਰ ਆ। ਬਾਕੀ ਇਹ ਹੋਸਟਲ ਸਾਰਾ ਆਪਾਂ ਦਿਖਾ ਦਾਂਗੇ ਇਸ ਤੋਂ ਨੈਕਸਟ ਬਲੌਗ 'ਚ, ਇਹ ਬਲੌਗ ਦਾ ਕਰਦੇ ਐਂਡ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਕਰਿਓ ਸਬਸਕ੍ਰਾਈਬ। ਮਿਲਦੇ ਹਾਂ ਨੈਕਸਟ ਬਲੌਗ 'ਚ, ਬਾਏ ਬਾਏ।